ਸਤਿ ਸ਼੍ਰੀ ਅਕਾਲ, ਹਾਊ ਆਰ ਯੂ? ਕਿੱਦਾਂ ਹੋ? ਆਈ ਐਮ ਫਾਈਨ, ਤੁਸੀਂ ਦੱਸੋ ਕਿਵੇਂ ਹੋ? ਅੱਛਾ, ਪਹਿਲੇ ਮੈਨੂੰ ਬਤਾਓ ਕਿ ਜੇ ਜੱਟ ਵਿਗੜ ਗਿਆ, ਬੜਾ ਖਾਸ ਰੋਲ ਹੈ ਤੁਹਾਡਾ, ਯੈਸ, ਦੇਖ ਕੇ ਆ ਰਹੇ ਹੋ, ਕਿੱਦਾਂ ਲੱਗੀ? ਬਹੁਤ ਸੋਹਣੀ ਲੱਗੀ, ਐਂਡ ਵਿਜੇ ਵੀਰਾਂ ਨੇ ਕਮਾਲ ਕਰਤੀ, ਐਕਚੁਅਲੀ ਸਾਰੀ ਟੀਮ ਨੇ ਕਮਾਲ ਕਰਤੀ, ਦੀਪ ਦੀਦੀ ਨੇ, ਐਂਡ ਬਹੁਤ ਹਾਰਡ ਵਰਕ ਕੀਤਾ, ਅਸੀਂ ਦੇਖਿਆ ਸ਼ੂਟ 'ਤੇ ਵੀ, ਸੈੱਟ 'ਤੇ ਵੀ, ਐਂਡ ਬਹੁਤ ਹਾਰਡ ਵਰਕ ਸੀਗਾ ਸਾਰਿਆਂ ਨੇ, ਬਹੁਤ ਇੰਨੀ ਠੰਡ ਸ਼ੂਟ ਕੀਤੀ, ਐਂਡ ਈਵਨ ਵਿਜੇ ਵੀਰਾ ਬਹੁਤ ਇਮਾਨਦਾਰ ਆਪਣੇ ਕੰਮ ਲਈ, ਐਂਡ ਸੋ ਦੈਟਸ ਵਾਈ ਉਹ ਹੀ ਡਿਡ ਬ੍ਰਿਲੀਅੰਟ, ਨੋ ਵਰਡਸ, ਮਤਲਬ ਐਕਸ਼ਨ ਨੂੰ ਲੈ ਕੇ ਕੀ ਖਿਆਲ ਹੈ, ਬੱਚਿਆਂ ਦਾ ਕੀ ਖਿਆਲ ਹੈ, ਤੁਹਾਡੇ ਜਿਹੜੇ ਏਜ ਗਰੁੱਪ ਦੇ ਬੱਚੇ ਹੈ, ਹਾਊ ਡਿਡ ਯੂ ਫਾਈਂਡ ਦ ਐਕਸ਼ਨ? ਐਕਸ਼ਨ ਤਾਂ ਬ੍ਰਿਲੀਅੰਟ ਸੀਗਾ, ਐਂਡ ਵਿਜੇ ਵੀਰਾ ਨੇ ਪਰਫੋਰਮ ਵੀ ਉਹਨੂੰ ਇੱਦਾਂ ਕੀਤਾ ਜਿੱਦਾਂ ਬਿਲਕੁਲ ਰਿਲੈਕਸਡ। ਦੀਪ ਸਹਿਗਲ ਦੀਦੀ ਨੇ, ਜਿਹੜੀ ਤੁਹਾਡੀ ਦੀਦੀ ਹੈ, ਉਹਨੇ ਫਸਟ ਡੈਬਿਊ ਕੀਤਾ, ਉਹਨਾਂ ਦੀ ਐਕਟਿੰਗ ਕਿੱਦਾਂ? ਬਹੁਤ ਸੋਹਣੀ, ਐਂਡ ਸ਼ੀ ਵਾਜ਼ ਲੁਕਿੰਗ ਸੋ ਪ੍ਰੀਟੀ, ਐਂਡ ਬਹੁਤ ਬਹੁਤ ਸੋਹਣੇ ਲੱਗ ਰਹੇ ਸੀਗੇ, ਐਂਡ ਬਹੁਤ ਹਾਰਡ ਵਰਕਿੰਗ ਨੇ, ਸਾਰੀ ਟੀਮ ਬਹੁਤ ਹਾਰਡ ਵਰਕਿੰਗ ਹੈ, ਐਂਡ ਆਈ ਹੋਪ ਤੁਸੀਂ ਸਾਰੇ ਜਾਣੇ ਦੇਖਣ ਜਾਓਗੇ ਅਤੇ ਜ਼ਰੂਰ ਦੇਖਣ ਜਾਇਓ ਜੇ ਜੱਟ ਵਿਗੜ ਗਿਆ। ਕਿੰਨੇ ਦਿਨ ਸ਼ੂਟ ਲੱਗੇ ਨੂੰ ਲੱਗੇ? ਮੈਨੂੰ ਤਾਂ ਅਪਰੋਕਸ 1 ਵੀਕ ਲੱਗਿਆ ਸੀ, 1 ਵੀਕ ਲੱਗਿਆ ਸੀ, ਮੈਂ ਮਤਲਬ ਅਪਰੋਕਸ ਕਹਿ ਰਹੀ ਹਾਂ ਬਿਕੋਜ਼ ਮੈਨੂੰ ਇੰਨਾ ਪਤਾ ਨਹੀਂ ਹੈਗਾ, ਲਾਈਕ ਬਹੁਤ ਅਸੀਂ ਪਤਾ ਬਹੁਤ ਜ਼ਿਆਦਾ ਠੰਡ ਸੀ ਵੈਨ ਵੀ ਵਰ ਸ਼ੂਟਿੰਗ, ਐਂਡ ਮੈਨੂੰ ਸਭ ਤੋਂ ਜ਼ਿਆਦਾ ਖੁਸ਼ੀ ਹੋਈ ਕਿ ਜਿਹੜਾ ਰਿਜ਼ਲਟ ਨਿਕਲ ਕੇ ਆਇਆ ਸਾਡੇ ਹਾਰਡ ਵਰਕ ਦਾ, ਇਟ ਵਾਜ਼ ਸੋ ਗੁੱਡ, ਅਤੇ ਵਿਜੇ ਵੀਰੇ ਨੂੰ ਵੀ ਸੈਲਿਊਟ ਹੈ, ਐਂਡ ਸਾਰੀ ਟੀਮ ਨੂੰ ਸੈਲਿਊਟ ਹੈ ਜਿਨ੍ਹਾਂ ਨੇ ਇੰਨਾ ਵਧੀਆ ਕੰਮ ਕੀਤਾ, ਐਂਡ ਹੀ ਪਰਫੋਰਮਡ ਵੈਰੀ ਵੈਲ, ਵੈਰੀ ਵੈਲ, ਐਂਡ ਸੋ ਐਟ ਦੀ ਐਂਡ ਆਈ ਹੈਵ ਨੋ ਵਰਡਸ ਮੋਰ, ਕਿਉਂਕਿ ਮਤਲਬ ਇੰਨਾ ਬ੍ਰਿਲੀਅੰਟ ਕੰਮ ਹੈ ਨਾ ਸਾਰੀ ਟੀਮ ਦਾ, ਐਂਡ ਆਈ ਹੋਪ ਤੁਸੀਂ ਸਾਰੇ ਜਣੇ ਜ਼ਰੂਰ ਦੇਖਣ ਜਾਓਗੇ। ਥੈਂਕ ਯੂ। ਮੂਵੀ ਬਹੁਤ ਅੱਛੀ ਹੈ, ਅੱਜ ਕੱਲ੍ਹ ਕੀ ਸਮਾਜਿਕ ਬੁਰਾਈ ਕੇ ਖਿਲਾਫ ਹੈ, ਔਰ ਉਸਮੇ ਹਮ ਲੋਕ ਆਪ ਸਭ ਲੋਕ ਮਿਲ ਕੇ ਔਰ ਸਰਕਾਰ ਕਾ ਸਾਥ ਮਿਲੇ ਤੋ ਇਸ ਬੁਰਾਈ ਕੋ ਖਤਮ ਕਰਨੇ ਕੀ ਕੋਸ਼ਿਸ਼ ਕੀ ਜਾਏ, ਔਰ ਹਮਾਰਾ ਸਮਾਜ ਔਰ ਇਹ ਜੋ ਕੋਸ਼ਿਸ਼ ਕੀ ਗਈ ਹੈ ਸਭ ਖੁਸ਼ਹਾਲ ਹੋ। ਜੀ 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 ਸ਼ੁਕਰੀਆ। ਹਾਂਜੀ ਹਾਂਜੀ, ਮੇਰਾ ਇਸ 'ਚ ਨਿੰਮੇ ਦਾ ਕਰੈਕਟਰ ਹੈ, ਜੋ ਕਿ ਪਵਨ ਭਾਜੀ ਦੇ ਰਾਈਟ ਹੈਂਡ ਦਾ ਕਰੈਕਟਰ ਹੈ, ਜੋ ਕਿ ਸਾਰੇ ਉਹਨਾਂ ਦੇ ਗਲਤ ਕੰਮ ਮੈਂ ਹੀ ਦੇਖਦਾ ਵਾਂ, ਅਤੇ ਬਸ ਇਹੀ ਇਹ ਕਰੈਕਟਰ। ਹਾਂ ਹਾਂ ਜੀ 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 ਕੰਮ ਸਾਰਿਆਂ ਨੇ ਬਹੁਤ ਵਧੀਆ ਕੀਤਾ, ਅਤੇ ਮੈਂ ਥੈਂਕਸ ਕਰਦਾ ਮਨੀਸ਼ ਭਾਅ ਜੀ ਦਾ ਜਿਨ੍ਹਾਂ ਨੇ ਮੈਨੂੰ ਇਸ ਕਰੈਕਟਰ ਵਾਸਤੇ ਚੁਣਿਆ, ਅਤੇ ਜਿਵੇਂ ਤੁਸੀਂ ਕਿਹਾ ਕਿ ਹਰ ਸੀਨ 'ਚ ਮੈਂ ਦਿਖ ਰਿਹਾ ਪਵਨ ਭਾਅ ਜੀ ਦੇ ਨਾਲ, ਮੈਂ ਦੁਬਾਰਾ ਉਹਨਾਂ ਦਾ ਇੱਕ ਵਾਰੀ ਤਹਿ ਦਿਲ ਤੋਂ ਥੈਂਕਸ ਕਰਦਾ ਕਿ ਉਹਨਾਂ ਨੇ ਮੈਨੂੰ ਇਸ ਲਾਇਕ ਸਮਝਿਆ। ਥੈਂਕ ਯੂ ਸਰ। ਸਾਨੂੰ ਮਿਲ ਗਿਆ ਜੀ ਜੇ ਜੱਟ ਵਿਗੜ ਗਿਆ ਦੇ ਡਾਕਟਰ ਸਾਹਿਬ, ਕਰਪਟ ਡਾਕਟਰ ਸਾਹਿਬ। ਹਾਂਜੀ, ਕਰਪਟ ਡਾਕਟਰ। ਹਾਂਜੀ ਸਰ, ਬਤਾਓ ਤੁਹਾਡਾ ਕਰੈਕਟਰ ਬਾਰੇ, ਕਿੰਨਾ ਟਾਈਮ, ਕਿੰਨਾ ਜ਼ੋਰ ਲੱਗਿਆ ਸਰ? ਨਹੀਂ, ਮੈਂ ਉਹਨਾਂ ਦੀ ਖਾਸੀਅਤ, ਮਨੀਸ਼ ਭੱਟ ਨੂੰ ਪਹਿਲਾਂ ਤਾਂ ਮੁਬਾਰਕਾਂ ਮਨੀਸ਼ ਭੱਟ ਭਾਅ ਜੀ ਨੂੰ, ਕਿ ਬੜੇ ਕੂਲ, ਬਹੁਤ ਹੀ ਠੰਡੇ ਅਤੇ ਬਹੁਤ ਹੀ ਪਿਆਰ ਨਾਲ ਸਮਝਾਉਣ ਵਾਲੇ ਜਿਹੜੇ ਡਾਇਰੈਕਟਰ ਨੇ, ਮੈਂ ਕਹਿੰਦਾ ਜੀ ਬਹੁਤ ਹੀ ਵਧੀਆ ਡਾਇਰੈਕਟਰਾਂ 'ਚੋਂ ਮੇਰੇ ਪਸੰਦੀਦਾ ਜਿਹੜੇ ਡਾਇਰੈਕਟਰ ਨੇ ਉਹਨਾਂ 'ਚੋਂ ਇੱਕ ਨੇ, ਅਤੇ ਪਤਾ ਨਹੀਂ ਸੀ ਵੀ ਇੰਨਾ ਤਾਮਝਾਮ ਜਿਹੜਾ ਹੈਗਾ ਨੈਗੇਟਿਵ ਹੋਏਗਾ, ਜਦੋਂ ਆਪਾਂ ਐਕਟ ਕਰਦੇ ਹਾਂ ਜਾਂ ਸੀਨ ਸਾਨੂੰ ਪਤਾ ਹੁੰਦਾ, ਅਤੇ ਸੀਨ ਦੇ ਵਿੱਚ ਉਹ ਕਿਹੜੀ ਸੀਨ ਨਾਲ ਕਿਵੇਂ ਜੁੜਨਾ ਜਾ ਕੇ, ਉਹ ਹੁਣ ਫਿਲਮ ਦੇਖਣ ਤੋਂ ਬਾਅਦ ਪਤਾ ਲੱਗਿਆ। ਬਹੁਤ ਪਿਆਰੀ ਫਿਲਮ ਹੈ, ਬਹੁਤ ਵਧੀਆ ਕੰਟੈਂਟ ਹੈ, ਇਮੋਸ਼ਨਲ ਜਿਹੜੀ ਭੈਣ ਭਾਈ ਦੇ ਪਿਆਰ ਨੂੰ, ਜਿਹੜੀ ਅੱਜ ਦੀ ਜਿਹੜੀ ਘਾਟ ਸਾਨੂੰ ਸਮਾਜ 'ਚ ਨਜ਼ਰ ਆਉਂਦੀ ਹੈ ਕਿ ਭੈਣ ਔਰ ਭਾਈ ਦੇ ਪਿਆਰ 'ਚ ਜਿਹੜੀ ਘਾਟ ਹੈ,
ਉਹ ਬਾਵਜੂਦ ਕਿ ਭਾਈ ਉਹਦੇ ਨਾਲ ਆਪਣੀ ਭੈਣ ਨਾਲ ਨਾਰਾਜ਼ ਸੀ ਜੀ, ਜਿਹਨਾਂ ਨਾਰਾਜ਼ ਸੀਗਾ, ਪਰ ਜਿਹੜੀ ਉਹਨੇ ਘਰ ਦੀ ਹਿਫਾਜ਼ਤ ਕੀਤੀ ਹੈ ਜਾਂ ਜਿਹੜੇ ਉਹਦੇ ਫਾਦਰ ਗਲਤ ਸੀਗੇ ਉਹਨਾਂ ਨਾਲ ਵੀ ਉਹੀ ਸਲੂਕ ਕੀਤਾ। ਮਦਰ ਦੀ ਬੜੀ ਸਾਰੀ ਉਮਰ ਉਹਨੇ ਹੱਥ ਨਹੀਂ ਖੋਲ੍ਹਿਆ ਕਿ ਮਦਰ ਕਹਿੰਦੀ ਸੀ ਵੀ ਲਾਡਾ ਨਹੀਂ ਹੈ। ਅਤੇ ਤੋ ਮੈਂ ਬਾਕੀ ਗੱਲਾਂ ਤਾਂ ਨਹੀਂ ਕਰੂੰਗਾ ਜ਼ਿਆਦਾ, ਅਤੇ ਕੱਲ੍ਹ ਤੁਸੀਂ ਆ ਕੇ ਸਿਨੇਮੇ ਦੇ ਵਿੱਚ ਫਿਲਮ ਦੇਖੋ। ਅਤੇ ਹਾਂਜੀ ਹਾਂ ਕਹੋ ਜੀ ਡਾਕਟਰ ਸਾਹਿਬ, ਜਿਹੜੇ ਮੈਡੀਕਲ ਪ੍ਰਾਈਵੇਟ ਮੈਡੀਕਲ ਦਾ ਕੰਡੀਸ਼ਨਿੰਗ ਹੈ ਉਹ ਵੀ ਕਾਫੀ ਹੱਦ ਤੱਕ ਸੱਚ ਦਿਖਾਈ ਹੈ। ਬਿਲਕੁਲ ਸੱਚ ਦਿਖਾਈ ਹੈ ਜੀ, ਇਹ ਆਮ ਹੌਸਪੀਟਲਾਂ 'ਚ ਹੁੰਦਾ, ਸਾਨੂੰ ਆਲੇ ਦੁਆਲੇ ਦੇ ਵਿੱਚ ਦੇਖਣ ਨੂੰ ਮਿਲਦਾ ਹੀ ਹੈ ਕਿ ਜੀ ਬਈ ਉਸ ਹੌਸਪੀਟਲ 'ਚ ਜੀ ਸਾਡਾ ਇਲਾਜ ਜ਼ਬਰਦਸਤੀ ਓਪਰੇਸ਼ਨ ਕਰਤਾ ਜਾਂ ਜ਼ਬਰਦਸਤੀ ਸਾਨੂੰ ਪੈਕੇਜ ਬਣਾ ਦਿੱਤਾ, ਅਤੇ ਇਹ ਚੀਜ਼ਾਂ ਹੁੰਦੀਆਂ। ਅਤੇ ਬਹੁਤ ਰਿਐਲਿਟੀ ਦੇ ਨੇੜੇ ਜਾ ਕੇ ਫਿਲਮ ਹੈ ਇਹ, ਅਤੇ ਬਹੁਤ ਹੀ ਜਿਹੜੀ ਇਹ ਜਿਹੜੀ ਕੁਰੀਤੀ ਹੈ ਇੱਕ ਸਮਾਜ ਦੇ ਵਿੱਚ ਕਿ ਜੀ ਹੌਸਪੀਟਲਾਂ ਦੇ ਅੰਦਰ ਇਹ ਬੇਸਿਕਲੀ ਹੌਸਪੀਟਲਾਂ ਦੇ ਅੰਦਰ ਇਹ ਚੀਜ਼ਾਂ ਚੱਲਦੀਆਂ, ਅਤੇ ਬਹੁਤ ਨੇੜਿਓਂ ਜਾ ਕੇ ਉਹ ਚੀਜ਼ ਨੂੰ ਉਜਾਗਰ ਕੀਤਾ। ਅਤੇ ਮੈਨੂੰ ਲੱਗਦਾ ਵੀ ਇਹ ਚੀਜ਼ ਦੀ ਜਿਹੜੀ ਹੈ ਕਿ ਠੱਲ ਵੀ ਪਊਗੀ ਸਮਾਜ ਦੇ ਵਿੱਚ ਜਾਂ ਸੋਸਾਇਟੀ ਦੇ ਵਿੱਚ, ਇਸ ਚੀਜ਼ ਦੀ ਠੱਲ ਵੀ ਪਊਗੀ ਕਿ ਜਿਹੜਾ ਮੁੱਦਾ ਕਿਸ ਤੋਂ ਕਿਹੜੇ ਵਾਲਾ ਜੀ ਨਹੀਂ ਜੀ ਓਕੇ ਨਹੀਂ ਉਹ ਤਾਂ ਚਲੋ ਖੈਰ ਰੈਪੀਟੇਸ਼ਨ ਤਾਂ ਨਹੀਂ ਹੁੰਦੀ ਹੈ, ਕ੍ਰੀਏਸ਼ਨ ਹੁੰਦੀ ਹੈ, ਕਿਸੇ ਨੇ ਕ੍ਰੀਏਸ਼ਨ ਹੁੰਦੀ ਹੈ, ਕਿਸੇ ਨੇ ਕਿਸੇ ਤਰੀਕੇ ਨਾਲ ਪਿਕਚਰਾਈਜ਼ ਕੀਤਾ ਹੁੰਦਾ। ਅਤੇ ਮੈਂ ਖਰੜ ਤੋਂ ਲੋਕਲ ਮੋਹਾਲੀ ਤੋਂ ਬਿਲੋਂਗ ਕਰਦਾ ਜੀ। ਨਹੀਂ ਮੈਨੂੰ ਆਡੀਸ਼ਨ ਨਹੀਂ ਦੇਣਾ ਪਿਆ, ਅਤੇ ਖੈਰ ਆਪਾਂ ਇੰਡਸਟਰੀ 'ਚ ਕੰਮ ਕਰਦੇ ਹਾਂ ਜੀ, ਜਿਹੜੇ ਡਾਕਟਰ ਨੇ ਇੱਕ ਵਾਰ ਕੰਮ ਕਰ ਲਓ ਤਾਂ ਥੋੜ੍ਹੀ ਉਹਦੀ ਐਜ਼ ਆਰਟਿਸਟ ਉਹਨਾਂ ਨੂੰ ਕਪੈਸਿਟੀ ਪਤਾ ਹੀ ਹੁੰਦੀ ਹੈ। ਮੇਰਾ ਕੁੱਕੂ ਦੀਵਾਨ ਨਾਮ ਹੈ ਜੀ, ਅਤੇ ਮੈਂ ਇੱਥੋਂ ਬਿਲੋਂਗ ਕਰਦਾ, ਅਤੇ 90-91 ਤੋਂ ਅਸੀਂ ਥੀਏਟਰ ਕਰ ਰਹੇ ਹਾਂ ਰੈਗੂਲਰ ਉਹਦੇ, ਅਤੇ ਹੁਣ ਮਾੜਾ ਮੋਟਾ ਜਿਹੜਾ ਆਪਾਂ ਇੰਡਸਟਰੀ 'ਚ ਕੰਮ ਕਰ ਰਹੇ ਹਾਂ। ਇਸ ਫਿਲਮ ਦਾ ਵੀ ਮੈਂ ਪਾਰਟ ਹਾਂ, ਅਤੇ ਬਹੁਤ ਵਧਾਈਆਂ ਜੈ ਰੰਧਾਵੇ ਨੂੰ, ਇਹਦੇ ਸਾਰੀ ਟੀਮ ਨੂੰ, ਅਤੇ ਇਹਦੇ ਪ੍ਰੋਡਿਊਸਰ ਸਾਹਿਬ ਨੂੰ, ਅਤੇ ਖਾਸ ਤੌਰ 'ਤੇ ਮਨੀਸ਼ ਭੱਟ ਜੀ ਨੂੰ ਕਿ ਉਹਨਾਂ ਨੇ ਬਹੁਤ ਵਧੀਆ ਕੰਟੈਂਟ ਨਾਲ, ਬੜੇ ਕੂਲ ਮਾਇੰਡ ਨਾਲ, ਬਹੁਤ ਵਧੀਆ ਫਿਲਮ ਜਿਹੜੀ ਕਿ ਸਾਡੇ ਦਰਸ਼ਕਾਂ ਦੇ ਝੋਲੀ ਪਾਈ ਹੈ। ਸੋ ਇੱਕੋ ਹੀ ਬੇਨਤੀ ਹੈ ਕਿ ਆਓ ਅਤੇ ਸਿਨੇਮਿਆਂ ਦੇ ਵਿੱਚ ਆ ਕੇ ਇਸ ਫਿਲਮ ਨੂੰ ਦੇਖੋ, ਅਤੇ ਭੈਣ ਭਾਈ ਦਾ ਜਿਹੜਾ ਪਿਆਰ ਹੈ, ਜਿਹੜੇ ਆਪਾਂ ਟ੍ਰੇਲਰਾਂ ਦੇ ਵਿੱਚ ਜਾਂ ਤੁਸੀਂ ਗਾਣੇ ਦੇ ਵਿੱਚ ਦੇਖਿਆ, ਉਹ ਬਾਖੂਬੀ ਦਿਖਾਇਆ। ਅਤੇ ਮੈਂ ਕਹਿੰਦਾ ਕਿ ਹਰੇਕ ਭਾਈ ਆਪਣੀ ਭੈਣ ਦੀ ਦੇਖ ਹਿਫਾਜ਼ਤ ਕਰੇ, ਇਹ ਮੈਸੇਜ ਬਹੁਤ ਪਿਆਰਾ। ਥੈਂਕ ਯੂ ਵੈਰੀ ਮੱਚ, ਥੈਂਕ ਯੂ ਸਰ, ਥੈਂਕ ਯੂ। ਫਿਰ ਦੁਬਾਰਾ ਭੁੱਲਰ ਭਾਅ ਜੀ ਆ ਗਏ ਹੈ ਜੀ, ਕਰੈਕਟਰ ਐਕਸ਼ਨ ਮਾਰ ਵੀ ਕਰ ਰਹੇ ਹੈ ਔਰ ਲੜਾਈ ਵੀ ਕਰ ਰਹੇ ਹੈ। ਭੁੱਲਰ ਭਾਅ ਜੀ ਕੀ ਲੇਖੇ ਸਾਡੇ ਲੜਾਈ ਹੈ? ਕਈ ਵਾਰ ਇੱਦਾਂ ਹੁੰਦਾ ਜੀ, ਜਾਣੀ ਕਿ ਮੇਰੀ ਸ਼ੁਰੂ ਤੋਂ ਹੀ ਫਿਦਰਤ ਰਹੀ ਆ, ਆਪਦੀ ਖੁਸ਼ੀ ਲਈ ਜ਼ਿੰਦਗੀ ਜਿਉਣ ਨਾਲੋਂ ਕਿਸੇ ਦੀ ਖੁਸ਼ੀ ਲਈ ਜ਼ਿੰਦਗੀ ਜਿਉਣੀ, ਉਹ ਜ਼ਿੰਦਗੀ ਜਿਉਣ ਦਾ ਮਜ਼ਾ ਹੀ ਅਲੱਗ ਹੁੰਦਾ। ਆਪਣਾ ਨੈਗੇਟਿਵ ਕਰੈਕਟਰ ਆ ਜੀ ਇਹਦੇ ਵਿੱਚ, ਜਿਵੇਂ ਮਲਹੋਤਰਾ ਸਾਹਿਬ ਨੇ ਜੋ ਮੇਨ ਵਿਲਨ ਨੇ ਉਹਨਾਂ ਦਾ ਜੋ ਬਈ ਬੰਦੇ ਰੱਖੇ ਹੁੰਦੇ ਉਹਨਾਂ ਦਾ ਵਿੱਚ ਕਰੈਕਟਰ ਆ ਉਹਨਾਂ ਦਾ ਆਪਣਾ, ਅਤੇ ਵਧੀਆ ਲੱਗਦਾ। ਬਾਕੀ ਵੀ ਮੇਰੀ ਸ਼ੁਰੂ ਤੋਂ ਹੀ ਕੋਸ਼ਿਸ਼ ਰਹਿੰਦੀ ਆ, ਕੋਈ ਕੰਮ ਵੱਡਾ ਛੋਟਾ ਨਹੀਂ, ਅਤੇ ਹਰੇਕ ਕੰਮ ਦੇ ਲਈ ਮੈਂ ਬਹੁਤ ਇਮਾਨਦਾਰੀ ਦੇ ਨਾਲ ਕੋਈ ਵੀ ਕੰਮ ਕਰਦਾ। ਜਿੱਥੇ ਡਾਇਰੈਕਟਰ ਸਾਹਿਬ ਨੂੰ ਲੱਗਦਾ ਕਿ ਮੇਰੀ ਜ਼ਰੂਰਤ ਆ, ਟੀਮ ਨੂੰ ਲੱਗਦਾ ਕਿ ਮੇਰੀ ਜ਼ਰੂਰਤ ਆ, ਪ੍ਰੋਡਿਊਸਰ ਨੂੰ ਲੱਗਦਾ ਮੇਰੀ ਜ਼ਰੂਰਤ ਆ, ਡਾਇਰੈਕਸ਼ਨ ਟੀਮ ਨੂੰ ਲੱਗਦਾ ਮੇਰੀ ਜ਼ਰੂਰਤ ਆ, ਅਤੇ ਮੇਰੀ ਕੋਸ਼ਿਸ਼ ਹੁੰਦੀ ਆ ਕਿ ਮੈਂ ਉਸ ਮਿਲੇ ਹੋਏ ਕੰਮ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂ। ਹਾਂ ਬਿਲਕੁਲ ਜੀ, ਜਿਵੇਂ ਐਕਸ਼ਨ ਆਪਾਂ ਕਹਿ ਦਿੰਦੇ ਹਾਂ ਯਾਰ ਆਪਣੇ ਐਕਸ਼ਨ ਫਿਲਮਾਂ ਨਹੀਂ ਬਣਦੀਆਂ, ਸੋ ਪ੍ਰੋਡਿਊਸਰ ਸਾਹਿਬ ਦਾ ਔਰ ਡਾਇਰੈਕਟਰ ਮਨੀਸ਼ ਭੱਟ ਜੀ ਦਾ, ਸਾਰੀ ਟੀਮ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਭਰਪੂਰ ਐਕਸ਼ਨ ਦਿੱਤਾ।
ਅਤੇ ਸਾਰੇ ਆਰਟਿਸਟਾਂ ਨੂੰ ਵੀ ਮੈਂ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਸਾਰੇ ਆਰਟਿਸਟਾਂ ਨੇ ਉਸ ਮਿਲੀ ਹੋਈ ਜ਼ਿੰਮੇਦਾਰੀ ਨੂੰ ਬਹੁਤ ਹੀ ਬਖੂਬੀ ਨਿਭਾਇਆ। ਸੋ ਇਹ ਹੈ ਜੀ ਓਵਰਆਲ ਫਿਲਮ ਬਹੁਤ ਵਧੀਆ। ਇੱਕ ਭੈਣ ਭਰਾ ਦੇ ਫੈਮਿਲੀ ਦੇ ਲਈ ਆਪਣੀਆਂ ਕੀ ਜ਼ਿੰਮੇਦਾਰੀਆਂ ਹੁੰਦੀਆਂ ਨੇ, ਭੈਣ ਭਰਾ ਦਾ ਪਿਆਰ ਕੀ ਹੁੰਦਾ, ਰੱਖੜੀ ਦੀ ਅਹਿਮੀਅਤ ਕੀ ਹੁੰਦੀ, ਉਹਦੇ ਵਿੱਚ ਕੀ ਤਾਕਤ ਆ, ਅਤੇ ਇਹ ਉਹਦੇ ਵਿੱਚ ਦੇਖਣ ਨੂੰ ਮਿਲਿਆ। ਕਿਉਂਕਿ ਸਭ ਤੋਂ ਵੱਡੀ ਆਪਣੀ ਹਰੇਕ ਦੀ ਪਰਿਵਾਰ ਹੀ ਹੁੰਦਾ, ਅਤੇ ਜਦੋਂ ਫਿਰ ਪਰਿਵਾਰ ਦੇ ਵੱਲ ਕੋਈ ਵੀ ਉੱਦਾਂ ਦੀ ਚਹਿਲਕਦਮੀ ਕਰਦਾ ਤਾਂ ਫਿਰ ਉਹ ਬਰਦਾਸ਼ਤ ਨਹੀਂ ਹੁੰਦੀ। ਥੈਂਕ ਯੂ। ਹਾਂਜੀ ਬਿਲਕੁਲ ਅਪੀਲ ਕਰਾਂਗੇ ਜੀ। ਦੇਖੋ ਸਾਡੀ ਆਰਟਿਸਟਾਂ ਦੀ, ਪ੍ਰੋਡਿਊਸਰ ਸਾਹਿਬ ਦੀ, ਸਾਰੀ ਟੀਮ ਦੀ ਇਹੋ ਹੀ ਕੋਸ਼ਿਸ਼ ਹੁੰਦੀ ਆ ਕਿ ਜੋ ਵੀ ਫਿਲਮਾਂ ਬਣਾਈਆਂ ਜਾਂਦੀਆਂ ਨੇ ਉਹ ਕਿਹਨਾਂ ਲਈ ਹੁੰਦੀਆਂ, ਉਹ ਆਪਣੀ ਆਡੀਅੰਸ ਲਈ ਹੁੰਦੀਆਂ। ਸੋ ਸਾਰੀ ਆਡੀਅੰਸ ਨੂੰ ਮੇਰੀ ਨਿੱਜੀ ਤੌਰ 'ਤੇ ਰਿਕੁਐਸਟ ਆ ਕਿ ਪੂਰੀ ਫੈਮਿਲੀ ਦੇ ਨਾਲ ਇਹ ਫਿਲਮ ਆਣ ਕੇ ਜ਼ਰੂਰ ਦੇਖੋ। ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਜੇ ਜੱਟ ਵਿਗੜ ਗਿਆ,